ਹੁਣ ਤੱਕ ਦੇਖੇ ਹੋਣਗੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਆ ਦਿੰਦੇ ਹੋਏ ਜਾਂ ਫਿਰ ਉਪਰੋਂ ਉਪਰੋਂ ਸਿੱਧੂ ਦੇ ਲਈ ਪੱਟ ਤੇ ਮਾਰਦੇ ਥਾਪੀਆਂ ਪਰ ਇਸ ਗਾਇਕ ਨੇ ਤਾਂ ਕਰਵਾ ਦਿੱਤਾ ਸਿਰਾ ਤੇ ਇਸ ਗਾਇਕ ਨੇ ਸਿੱਧੂ ਦੇ ਲਈ ਆਖੀ ਇਹ ਗੱਲ ਜਿਸ ਨੇ ਕਰ ਦਿੱਤੀ ਸਾਰਿਆਂ ਦੀ ਬੋਲਤੀ ਬੰਦ ਕਿ ਆਖਰਕਾਰ ਕੀ ਬੋਲਿਆ ਨਵਾਨ ਸੰਧੂ ਪੂਰੀ ਜਾਣਕਾਰੀ ਦਿਨੇ ਆ ਇਸ ਵੀਡੀਓ ਦੇ ਜ਼ਰੀਏ ਤਾਂ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਹੁਣ ਗੱਲ ਕਰਦੇ ਆ ਮਹਰੂਮ ਗਾਇਕ ਸਿੱਧੂ ਮੂਸੇਵਾਲੇ ਦੀ ਸਿੱਧੂ ਮੂਸੇ ਵਾਲਾ ਬੇਸ਼ੱਕ ਇਸ ਦੁਨੀਆ ਤੋਂ ਜਾ ਚੁੱਕਿਆ ਹੈ ਪਰ ਅੱਜ ਵੀ ਲੋਕਾਂ ਦੇ ਦਿਲਾਂ ਦੇ ਅੰਦਰ ਧੜਕਣ ਬਣ ਕੇ ਧੜਕ ਰਿਹਾ ਹੈ ਦੋਸਤੋ ਗੱਲ ਹੁਣ ਜੇਕਰ ਸਿੱਧੂ ਮੂਸੇਵਾਲੇ ਦੀ ਚੱਲ ਰਹੀ ਹੈ ਤਾਂ ਆਪਾਂ ਦੇਖਿਆ ਕਿ ਸਿੱਧੂ ਮੂਸੇਵਾਲੇ ਨੂੰ ਵੱਡੇ ਵੱਡੇ ਗਾਇਕਾਂ ਨੇ ਪੰਜਾਬੀ ਸਟਾਰਸ ਨੇ ਸ਼ਰਧਾਂਜਲੀਆ ਭੇਟ ਕੀਤੀਆਂ ਸਿੱਧੂ ਨੂੰ ਟ੍ਰਿਬਿਊਟ ਕੀਤਾ ਪਟਾਂ ਤੇ ਥਾਪੀਆਂ ਮਾਰੀਆਂ ਜਦੋਂ ਕਿ ਮਾਂ ਨੇ ਮਨਾ ਵੀ ਕੀਤਾ ਸੀ ਤਾਂ ਬਹੁਤ ਚੀਜ਼ਾਂ ਨੇ ਪਰ ਇੱਥੇ ਇੱਕ ਗੱਲ ਜਿਹੜੀ ਕਰਨ ਵਾਲੀ ਬਣਦੀ ਹੈ ਕਿ ਕੁਝ ਲੋਕ ਸਿੱਧੂ ਮੂਸੇਵਾਲੇ ਦੇ ਲਈ ਖੁੱਲਕੇ ਬੋਲਦੇ ਹੋਏ ਨਜ਼ਰ ਆਏ ਜਿਵੇਂ ਕਿ ਜੈਨੀ ਜੋਹਲ ਦੀ ਗੱਲ ਕਰ ਲਈਏ ਬਹੁਤ ਵਧੀਆ ਭੈਨੇ ਲੈਟਰ ਟੂ ਸੀਐਮ ਫਿਰ ਵੀ ਇੱਕ ਗਾਣਾ ਫੇਰ ਕੱਢਿਆ ਜਿਸ ਦੇ ਵਿੱਚ ਤਿੰਨੋਂ ਦੀਪਾਂ ਦੀ ਗੱਲ ਕਰੀ ਹੈ ਜੇ ਤੁਹਾਨੂੰ ਜਿਹੜਾ ਖਾਸ ਤੌਰ ਤੇ ਚਾਨਣਾ ਪਾਉਣ ਜਾ ਰਹੇ ਹਾਂ ਨਵਾਨ ਸੰਧੂ ਦੇ ਉੱਤੇ ਜੀ ਹਾਂ ਨਵਾਨ ਸੰਧੂ ਨੇ ਇੱਕ ਗੱਲ ਬੋਲ ਦਿੱਤੀ ਹੈ ਜਿਸ ਦੇ ਬਾਰੇ ਸ਼ਾਇਦ ਕਈ ਗਾਇਕਾਂ ਨੂੰ ਉਸ ਦੇ ਬਾਰੇ ਮਿਰਚ ਵੀ ਲੱਗੀ ਹੈ ਹਾਂਜੀ ਤੁਹਾਨੂੰ ਵੀ ਦੱਸ ਦਈਏ ਕਿ ਨਵਾਨ ਸੰਧੂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ YouTube ਚੈਨਲ ਨੂੰ ਦੇਖ ਕੇ ਬਹੁਤ ਆਰਟਿਸਟਾਂ ਨੇ ਆਪਣੇ YouTube ਚੈਨਲ ਬਣਾ ਲਏ ਆਪਣੇ ਪਰਸਨਲ ਤੇ ਕੰਪਨੀਆਂ ਤੋਂ ਉਹਨਾਂ ਨੂੰ ਛਟਕਾਰਾ ਮਿਲਿਆ ਤਾਂ ਕਿ ਕਾਫੀ ਜ਼ਿਆਦਾ ਉਹਨਾਂ ਨੂੰ ਇਹਦੇ ਵਿੱਚ ਕਾਫੀ ਵੱਡਾ ਸਹਿਯੋਗ ਵੀ ਮਿਲਿਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਨਵਾਨ ਸੰਧੂ ਉਹ ਸੱਚੀ ਤੇ ਖਰੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਵੇਂ ਕਿ ਆਪਾਂ ਦੇਖਦੇ ਆ ਕਿ ਸਿੱਧੂ ਮੂਸੇਵਾਲੇ ਦਾ ਕਦੇ ਵੀ ਕਿਸੇ ਕੰਪਨੀ ਦੇ ਨਾਲ ਉਜਵੀ ਨਹੀਂ ਸੀਗਾ ਕੱਲਾ ਹੀ ਧੱਕੀ ਫਿਰਦਾ ਸੀ ਸਾਰਾ ਕੰਮ ਤੇ ਉਹਨਾਂ ਨੂੰ ਦੇਖ ਕੇ ਕਈ ਸਿੰਗਰਾਂ ਨੇ ਐਵੇਂ ਹੀ YouTube ਚੈਨਲ ਬਣਾ ਲਏ ਆਪਣਾ ਹੀ ਕੰਮ ਤੋੜ ਲਿਆ ਮਤਲਬ ਕਿ ਅਸੀਂ ਇਹਨੂੰ ਗਲਤ ਨਹੀਂ ਕਹਿੰਦੇ ਕਿਸੇ ਵੀ ਤਰੀਕੇ ਦੇ ਨਾਲ ਹਾਂ ਪਰ ਤੁਸੀਂ ਐਕਸੈਪਟ ਤਾਂ ਕਰੋ ਕਿ ਅਸੀਂ ਸਿੱਧੂ ਨੂੰ ਦੇਖ ਕੇ ਸ਼ੁਰੂ ਕੀਤਾ ਤੇ ਮਨ ਦੇ ਵੀ ਨਹੀਂ ਹੈਗੇ ਕਿਉਂਕਿ ਆਪਦਾ ਹੀ ਆਪਦਾ ਵਸ ਮੈਂ ਮੈਂ ਦੇ ਵਿੱਚ ਰਹਿਣਾ ਪਰ ਆ ਬਾਈ ਸਿੰਗਰ ਨੇ ਸੱਚੀ ਸਿਰਾ ਹੀ ਲਾਤਾ ਨਵਾਨ ਸੰਧੂ ਨੇ ਨਵਾਨ ਸੰਧੂ ਨੇ ਤੇ ਜਿਸ ਦੇ ਵਿੱਚ ਇਹ ਲਾਈਵ ਸ਼ੋਅ ਲਗਾ ਰਹੇ ਸੀ ਤੇ ਲਾਈਵ ਸ਼ੋਅ ਚੱਲਦੇ ਆ ਹੀ ਇਹ ਬਾਈ ਨੇ ਉਹ ਗੱਲ ਕਹੀ ਹੈ ਤੇ ਬਾਈ ਦੇ ਲਈ ਸਾਰਿਆਂ ਨੇ ਤਾੜੀਆਂ ਮਾਰੀਆਂ ਤੇ ਸਿੱਧੂ ਮੂਸੇ ਵਾਲੇ ਨੂੰ ਵੀ ਯਾਦ ਕੀਤਾ ਤੇ ਉਸ ਨੇ ਕਿਹਾ ਕਿ ਜੋ ਮਰਜੀ ਹੈ ਸਿੱਧੂ ਮੂਸੇ ਵਾਲਾ ਬਾਈ ਸਿਰਾ ਬੰਦਾ ਸੀ ਤੇ ਜੋ ਕਾਫੀ ਤਰੀਫਾਂ ਨੇ ਕਿ ਉਹ ਸਿੱਧੂ ਮੂਸੇ ਵਾਲੇ ਬਾਈ ਲਈ ਕਰਦੇ ਹੋਏ ਨਜ਼ਰ ਆਏ ਨੇ ਤੇ ਇਸ ਤੋਂ ਬਾਅਦ ਹੁਣ ਤੁਹਾਡਾ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਕਿ ਸਿੱਧੂ ਮੂਸੇ ਵਾਲੇ ਨੂੰ ਫੋਲੋ ਕਰਕੇ ਕੁਝ ਗਾਇਕਾਂ ਨੇ YouTube ਚੈਨਲ ਬਣਾਏ ਨੇ ਕਾ ਨਹੀਂ ਬਣਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਨਵੀਂ ਖਬਰ ਲੈ ਕੇ ਜਲਦੀ ਹੀ ਆਵਾਂਗੇ ਉਦੋਂ ਤੱਕ ਦੇ ਲਈ ਧੰਨਵਾਦ ਹੁਣ ਤੱਕ ਦੇਖੇ ਹੋਣਗੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਆ ਦਿੰਦੇ ਹੋਏ ਜਾਂ ਫਿਰ ਉਪਰੋਂ ਉਪਰੋਂ ਸਿੱਧੂ ਦੇ ਲਈ ਪੱਟ ਤੇ ਮਾਰਦੇ ਥਾਪੀਆਂ ਪਰ ਇਸ ਗਾਇਕ ਨੇ ਤਾਂ ਕਰਵਾ ਦਿੱਤਾ ਸਿਰਾ ਤੇ ਇਸ ਗਾਇਕ ਨੇ ਸਿੱਧੂ ਦੇ ਲਈ ਆਖੀ ਇਹ ਗੱਲ ਜਿਸ ਨੇ ਕਰ ਦਿੱਤੀ ਸਾਰਿਆਂ ਦੀ ਬੋਲਤੀ ਬੰਦ ਕਿ ਆਖਰਕਾਰ ਕੀ ਬੋਲਿਆ ਨਵਾਨ ਸੰਧੂ ਪੂਰੀ ਜਾਣਕਾਰੀ ਦਿਨੇ ਆ ਇਸ ਵੀਡੀਓ ਦੇ ਜ਼ਰੀਏ ਤਾਂ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਹੁਣ ਗੱਲ ਕਰਦੇ ਆ ਮਹਰੂਮ ਗਾਇਕ ਸਿੱਧੂ ਮੂਸੇਵਾਲੇ ਦੀ ਸਿੱਧੂ ਮੂਸੇ ਵਾਲਾ ਬੇਸ਼ੱਕ ਇਸ ਦੁਨੀਆ ਤੋਂ ਜਾ ਚੁੱਕਿਆ ਹੈ ਪਰ ਅੱਜ ਵੀ ਲੋਕਾਂ ਦੇ ਦਿਲਾਂ ਦੇ ਅੰਦਰ ਧੜਕਣ ਬਣ ਕੇ ਧੜਕ ਰਿਹਾ ਹੈ ਦੋਸਤੋ ਗੱਲ ਹੁਣ ਜੇਕਰ ਸਿੱਧੂ ਮੂਸੇਵਾਲੇ ਦੀ ਚੱਲ ਰਹੀ ਹੈ ਤਾਂ ਆਪਾਂ ਦੇਖਿਆ ਕਿ ਸਿੱਧੂ ਮੂਸੇਵਾਲੇ ਨੂੰ ਵੱਡੇ ਵੱਡੇ ਗਾਇਕਾਂ ਨੇ ਪੰਜਾਬੀ ਸਟਾਰਸ ਨੇ ਸ਼ਰਧਾਂਜਲੀਆ ਭੇਟ ਕੀਤੀਆਂ ਸਿੱਧੂ ਨੂੰ ਟ੍ਰਿਬਿਊਟ ਕੀਤਾ ਪਟਾਂ ਤੇ ਥਾਪੀਆਂ ਮਾਰੀਆਂ ਜਦੋਂ ਕਿ ਮਾਂ ਨੇ ਮਨਾ ਵੀ ਕੀਤਾ ਸੀ ਤਾਂ ਬਹੁਤ ਚੀਜ਼ਾਂ ਨੇ ਪਰ ਇੱਥੇ ਇੱਕ ਗੱਲ ਜਿਹੜੀ ਕਰਨ ਵਾਲੀ ਬਣਦੀ ਹੈ ਕਿ ਕੁਝ ਲੋਕ ਸਿੱਧੂ ਮੂਸੇਵਾਲੇ ਦੇ ਲਈ ਖੁੱਲਕੇ ਬੋਲਦੇ ਹੋਏ ਨਜ਼ਰ ਆਏ ਜਿਵੇਂ ਕੀ ਜੈਨੀ ਜੋਹਲ ਦੀ ਗੱਲ ਕਰ ਲਈਏ ਬਹੁਤ ਵਧੀਆ ਭੈਣ ਨੇ ਲੈਟਰ ਟੂ ਸੀਐਮ ਹੋਰ ਵੀ ਇੱਕ ਗਾਣਾ ਫੇਰ ਕੱਢਿਆ ਜਿਸ ਦੇ ਵਿੱਚ ਤਿੰਨੋਂ ਦੀਪਾਂ ਦੀ ਗੱਲ ਕਰੀ ਹੈ ਜੇ ਤੁਹਾਨੂੰ ਜਿਹੜਾ ਖਾਸ ਤੌਰ ਤੇ ਚਾਨਣਾ ਪਾਉਣ ਜਾ ਰਹੇ ਹਾਂ ਨਵਾਨ ਸੰਧੂ ਦੇ ਉੱਤੇ ਜੀ ਹਾਂ ਨਵਾਨ ਸੰਧੂ ਨੇ ਇੱਕ ਗੱਲ ਬੋਲਿਆ